ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਹਾਂ ਤੁਹਾਡਾ ਆਪਣਾ ਹਰਪ੍ਰੀਤ ਸਿੰਘ ਫਰੋਮ ਪ੍ਰੀਤ ਦਸਤਾਰ ਟ੍ਰੇਨਿੰਗ ਸੈਂਟਰ ਸੰਤ ਤੋਂ ਡਿਸਟ੍ਰਿਕਟ ਕਰਨਾਲ ਹਰਿਆਣੇ ਤੋਂ। ਸੋ ਵੀਰੋ, ਅੱਜ ਅਸੀਂ ਇੱਕ ਵੀਡੀਓ ਲੈ ਕੇ ਆਏ ਹਾਂ ਜਿਹਦੇ ਤੁਹਾਨੂੰ ਦੱਸਾਂਗੇ ਕਿ ਵੱਟਾਂ ਵਾਲੀ ਦਸਤਾਰ ਕਿੱਦਾਂ ਸਜਾਈ ਜਾ ਸਕਦੀ ਹੈ, ਜਿਹਦੇ ਤੁਹਾਨੂੰ ਦੱਸਾਂਗੇ ਕਿ ਹਾਂ ਵੀ ਕਲਗੀ ਲੜ ਕਿੱਦਾਂ ਲਗਾਉਣਾ ਹੈ ਔਰ ਲੜ ਸਿੰਪਲ ਕਿੱਦਾਂ ਲਗਾਉਣਾ ਹੈ। ਬਹੁਤ ਆਸਾਨ ਤਰੀਕੇ ਨਾਲ ਦੱਸਿਆ ਜਾਏਗਾ, ਪੁਆਇੰਟ ਟੂ ਪੁਆਇੰਟ, ਅਗਰ ਲੜ ਆ ਬਾਹਰ ਨਿਕਲਦੇ ਹੋਣ ਆਪ ਲੜ ਨੂੰ ਕਿੱਦਾਂ ਕੰਟਰੋਲ ਕਰਨਾ ਹੈ। ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ, ਅਗਰ ਕੁਛ ਨਾ ਸਮਝ ਆਵੇ ਤੁਸੀਂ ਨੀਚੇ ਕਮੈਂਟ 'ਚ ਪੁੱਛ ਵੀ ਸਕਦੇ ਹੋ, ਪਰਸਨਲ ਕੋਲ ਵੀ ਕਰ ਸਕਦੇ ਹੋ। ਸੋ ਵੀਰੋ, ਆਪਣੇ ਸੈਂਟਰ ਦੇ ਪੱਗਾਂ ਵੀ ਆ ਚੁੱਕੇ ਨੇ, ਰੂਬੀਆ ਔਰ ਫੁੱਲਵੈਲ, ਤੁਸੀਂ ਕਿਤੇ ਲੈਣੀ ਹੋਵੇ ਤਾਂ ਆ ਕੇ ਲੈ ਸਕਦੇ ਹੋ, ਅਤੇ ਨੀਚੇ ਡਿਸਕ੍ਰਿਪਸ਼ਨ 'ਚ ਤੁਹਾਨੂੰ ਐਡਰੈਸ ਦਿੱਤਾ ਗਿਆ ਹੋਇਆ। ਅਗਰ ਤੁਸੀਂ ਔਨਲਾਈਨ ਮੰਗਵਾਉਣਾ ਚਾਹੁੰਦੇ ਹੋ ਔਨਲਾਈਨ ਹੀ ਮਿਲ ਸਕਦੀ ਦਸਤਾਰ, ਔਰ ਵੀਰੋ ਆਹ 24 ਘੰਟੇ ਸੈਂਟਰ ਖੁੱਲ੍ਹਾ ਹੈ, ਜਿਸ ਟਾਈਮ ਮਰਜ਼ੀ ਆ ਕੇ ਦਸਤਾਰ ਸਜਵਾ ਸਕਦੇ ਹੋ, ਟ੍ਰੇਨਿੰਗ ਵੀ ਲੈ ਸਕਦੇ ਹੋ, ਪੱਗ ਲੈ ਵੀ ਸਕਦੇ ਹੋ। ਸੋ ਮੈਂ ਉਮੀਦ ਕਰਾਂਗਾ ਤੁਹਾਨੂੰ ਵੀਡੀਓ ਬਹੁਤ ਪਸੰਦ ਆਊਗੀ ਔਰ ਤੁਸੀਂ ਇਸ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰਨਾ ਹੈ। ਲਓ ਵੀਰੋ, ਚੱਲਦੇ ਆਪਾਂ ਵੀਡੀਓ ਵੱਲ। ਲਓ ਜੀ ਵੀਰੋ, ਸਟਾਰਟਿੰਗ ਤੋਂ ਆਪਾਂ ਕੀ ਕਰਾਂਗੇ, ਇੱਕ ਪਾਸਾ ਖੁੱਲ੍ਹਾ ਹੁੰਦਾ, ਇੱਕ ਪਾਸਾ ਬੰਦ ਹੁੰਦਾ। ਧਿਆਨ ਰਹੇ ਕਿ ਜਿਹੜਾ ਖੁੱਲ੍ਹਾ ਪਾਸਾ ਆਏਗਾ ਹਮੇਸ਼ਾ ਨਿਚਲੀ ਸਾਈਡ ਆਏਗਾ, ਮੀਨਸ ਕਿ ਹਾਂ ਵੀ ਥੱਲੇ ਆਏਗਾ। ਅਗਰ ਇਸ ਪਾਸੇ ਆਏਗਾ ਤਾਂ ਵੀ ਨਿਚਲੇ ਪਾਸੇ ਆਏਗਾ, ਅਗਰ ਆਪਾਂ ਉੱਪਰੋਂ ਲੈ ਕੇ ਐਵੇਂ ਲੈਣਾ ਤਾਂ ਵੀ ਨਿਚਲੇ ਪਾਸੋਂ ਆਏਗਾ। ਖੁੱਲ੍ਹਾ ਪਾਸਾ ਹਮੇਸ਼ਾ ਨਿਚਲੀ ਸਾਈਡ ਹੁੰਦਾ ਹੈ। ਹੁਣ ਦੇਖੋ ਆਹ ਖੁੱਲ੍ਹਾ ਪਾਸਾ ਆਪਾਂ ਬਰਾਬਰ ਫੜ ਲੈਣਾ, ਇਕੱਠਾ ਕਰ ਲਿਆ, ਉਹ ਨਿਚਲੇ ਪਾਸੇ ਆ ਗਿਆ। ਹੁਣ ਕੀ ਕਰਨਾ, ਜਿਹੜਾ ਆਹ ਲੜ ਸੀ ਇਹ ਕੋਣਾ ਹੈ, ਇਹ ਪਿੱਛੋਂ ਧੌਣ ਤੋਂ ਥੱਲੇ, ਧੌਣ ਤੋਂ ਥੱਲੇ ਕੀਤਾ, ਅੱਗੇ ਆ ਕੇ ਇਹਨੂੰ ਮੂੰਹ 'ਚ ਪਾ ਲੈਣਾ। ਉਸ ਹਿਸਾਬ ਨਾਲ ਪਾਓ ਕਿ ਹਾਂ ਵੀ ਜੇ ਵੇਖੋ ਕਿ ਅਗਰ ਲੜ ਵੱਧਦਾ ਹੋਵੇ ਤਾਂ ਫਿਰ ਆਪਾਂ ਇਸ ਲੜ ਨੂੰ ਵਧਾ ਦਿਉ ਥੋੜ੍ਹਾ ਜਿਹਾ, ਅਗਰ ਲੜ ਘੱਟ ਰਹਿ ਰਿਹਾ ਤਾਂ ਤੁਸੀਂ ਆਹ ਲੜ ਨੂੰ ਪੂਰਾ ਪੂਰਾ ਹੀ ਪਾ ਸਕਦੇ ਹੋ। ਹੁਣ ਆਪਾਂ ਇਹਨੂੰ ਪੂਰਾ ਪੂਰਾ ਪਾ ਲੈਂਦੇ ਹਾਂ। ਹੁਣ ਕੀ ਕਰਨਾ ਵੀਰੋ, ਧਿਆਨ ਨਾਲ ਦੇਖਿਆ ਜੀ, ਆਹ ਲੜ ਬਿਲਕੁਲ ਸੈਂਟਰ 'ਚ ਪਿੱਛੋਂ ਦੇ ਆ ਗਈ, ਹੱਥ ਪਾ ਲੈਣਾ ਅਤੇ ਬਿਲਕੁਲ ਸੈਂਟਰ 'ਚ ਲਿਆਉਣਾ। ਇੱਦਾਂ ਤੁਹਾਨੂੰ ਆਰਾਮ ਨਾਲ ਪੁਆਇੰਟ ਟੂ ਪੁਆਇੰਟ ਦੱਸ ਕੇ ਬੋਲ ਕੇ ਦੱਸ ਰਿਹਾ ਵਾਂ, ਪਿੱਛੇ ਤੁਹਾਡੀ ਆਵਾਜ਼ ਆਵੇ ਕੋਈ ਦਿੱਕਤ ਨਹੀਂ, ਕਿਉਂਕਿ ਮੇਨ ਰੋਡ 'ਤੇ ਆਪਣਾ ਸੈਂਟਰ ਹੈ, ਸੋ ਤੁਹਾਡੀ ਆਵਾਜ਼ ਆ ਸਕਦੀ ਹੈ। ਸੋ ਸਟਾਰਟਿੰਗ ਤੋਂ ਕੀ ਕਰਨਾ ਵੀਰੇ, ਧਿਆਨ ਨਾਲ ਵੇਖਿਆ ਜੀ, ਆਹ ਦੋ ਰੜ ਹੁੰਦੇ ਆ ਖੁੱਲ੍ਹੇ ਪਾਸਾ। ਹੁਣ ਇਹ ਰੜ ਨੂੰ ਥੋੜ੍ਹਾ ਹੋਰ ਚੌੜਾ ਕਰ ਲਓ ਸਟਾਰਟਿੰਗ ਤੋਂ, ਹੋਰ ਖੋਲ੍ਹ ਲੈਣਾ, ਥੋੜ੍ਹਾ ਖੋਲ੍ਹ ਲਓ। ਹੁਣ ਧਿਆਨ ਨਾਲ ਇੱਕ ਚੀਜ਼ ਯਾਦ ਰੱਖਣੀ, ਮਾੜਾ ਆਹ ਵੱਟ ਉੱਪਰ ਉੱਪਰ ਕਰਤੇ। ਹੁਣ ਕੀ ਕਰਨਾ, ਜਿਹੜਾ ਰਾਈਟ ਹੈਂਡ ਹੈ, ਰਾਈਟ ਹੈਂਡ ਨਾਲ ਆਹ ਲੜ ਨੂੰ ਸੱਜੇ ਦੇ ਆਹ ਨਿਚਲੇ ਪਾਸੇ ਆਏ ਨੇ ਉਹ ਨੀਚੇ ਨੀਚੇ ਇਕੱਠੇ ਕਰੀ ਜਾਣਾ, ਦੇਖੋ ਧਿਆਨ ਨਾਲ ਆਹ ਇਕੱਠੇ ਕਰਤੇ। ਹੁਣ ਜਿਹੜਾ ਲੈਫਟ ਹੈਂਡ ਹੈ ਉਹ ਆਪਾਂ ਪਿੰਚ ਕਰਤਾ, ਇੱਦਾਂ ਚੁੰਡੀ ਲਗਾ ਦੇਣੀ ਐਵੇਂ ਹੱਥੀ। ਹੁਣ ਜਿਹੜਾ ਰਾਈਟ ਹੈਂਡ ਸੀਗਾ ਇਹਨੂੰ ਨਾਲ ਜੋੜ ਦੇਣਾ ਹੈ ਬਿਲਕੁਲ, ਅਤੇ ਆਹ ਉੱਪਰੋਂ ਦੀ ਮੈਂ ਥੱਲੇ ਕਰ ਲੈਣਾ। ਆਹ ਤਕਰੀਬਨ ਵੀਰੇ ਜਿਹੜੀ ਚੌੜਾਈ ਹੁੰਦੀ ਹੈ ਇਹ ਤਕਰੀਬਨ 2 ਜਾਂ 3 ਉਂਗਲਾਂ ਹੋਣ, ਇਸ ਤੋਂ ਫਾਲਤੂ ਨਾ ਹੋਵੇ, ਧਿਆਨ ਰੱਖਿਆ ਜੀ ਇਸ ਚੀਜ਼ ਦਾ। ਹੁਣ ਆਹ ਵੱਟ ਜਿਹੜੇ ਹੋਣਗੇ ਇਹ ਕੋਸ਼ਿਸ਼ ਕਰੋ ਕਿ ਜਿਹੜੇ ਵੱਟ ਨੇ ਆਹ ਨੀਚੇ ਨੀਚੇ, ਮੀਨਸ ਕਿ ਹਾਂ ਵੀ ਇੱਕ ਪੋਟਾ, ਇਹਨੂੰ ਪੋਟਾ ਕਹਿੰਦੇ ਆ, ਇੱਕ ਔਰ ਦੋ ਤਿੰਨ, ਤਿੰਨ ਪੋਟੇ ਆ ਉਂਗਲ ਦੇ, ਆਪਾਂ ਇੱਕ ਕੁ ਪੋਟਾ ਵੱਟ ਪੂਰੇ ਭਰ ਕੇ ਰੱਖਣੇ ਆ ਇੱਦਾਂ ਐਵੇਂ। ਹੁਣ ਆਪਾਂ ਘੁੰਮ ਵੀ ਸਕਦੇ ਹਾਂ, ਇਸ ਪਾਸੇ ਵੀ ਘੁੰਮ ਸਕਦੇ ਹਾਂ, ਆਪਾਂ ਇਹਨੂੰ ਵਾਲਾ ਵੀ ਦੇ ਸਕਦੇ ਇੱਦਾਂ, ਇਹ ਵਾਲਾ ਦਿੱਤਾ। ਹੁਣ ਇਹਦੇ ਪਿੱਛੇ ਵਾਲਾ ਆ ਜਾਂਦਾ, ਇਹਨੂੰ ਵਾਲੇ ਨੂੰ ਘੁਮਾ ਦੇਣਾ ਹਾਂਜੀ, ਹੱਥਾਂ ਦੇ ਕਰਤਾ। ਹੁਣ ਵੇਖੋ ਜਿਹੜਾ ਖੁੱਲ੍ਹਾ ਪਾਸਾ ਸੀ ਉਹ ਨੀਚੇ ਆ ਗਿਆ, ਇਹਦਾ ਮਤਲਬ ਨਿਯਮ ਸੀ ਚੱਲ ਰਿਹਾ ਆਪਣਾ। ਹੁਣ ਉੱਦਾਂ ਹੀ ਆਹ ਪਿੱਛੋਂ ਦੀ ਜਿਹੜੀ ਫਸਟ ਫਿੰਗਰ ਹੈ, ਫਸਟ ਫਿੰਗਰ ਇੱਥੇ ਰੋਕ ਲੈਣੀ ਹੈ ਅਤੇ ਆਹ ਲੜ ਬਿਲਕੁਲ ਉੱਪਰ ਕਰ ਦੇਣਾ, ਬਿਲਕੁਲ ਜਿਹੜੀ ਪੱਟੀ ਲੱਗੀ ਹੋਈ ਹੈ ਇਹ ਪੱਟੀ ਦੇ ਅੱਧੇ 'ਚ ਆਉਣਾ ਚਾਹੀਦਾ, ਯਾਦ ਰੱਖੇ ਬਿਲਕੁਲ ਅੱਧੇ 'ਚ ਆ ਗਿਆ, ਥੋੜ੍ਹਾ ਰਹਿ ਗਿਆ ਕਿਉਂਕਿ ਆਪਾਂ ਸਿਰ ਵੀ ਕਵਰ ਕਰਨਾ, ਥੋੜ੍ਹੀ ਚੀਜ਼ ਰਹਿ ਜਾਏ, ਥੋੜ੍ਹਾ ਕੱਪੜਾ ਰਹਿ ਜਾਏ ਤਾਂ ਠੀਕ ਹੈ, ਉਸ ਤੋਂ ਬਾਅਦ ਸਿਰ ਕਵਰ ਕਰਨਾ ਆਸਾਨੀ ਹੋਏਗੀ। ਫਿਰ ਆਪਾਂ ਨੀਚੇ ਨੀਚੇ ਕੀਤਾ, ਨੀਚੇ ਨੀਚੇ ਕਰਤਾ, ਨੀਚੇ ਨੀਚੇ ਕਰਤਾ, ਆਫ ਜਿਹੜਾ ਛੱਲਾ ਸੀਗਾ ਉਹ ਮੇਰਾ ਸਾਫ਼ ਜਿਹਾ ਕਰਤਾ। ਹੁਣ ਵੀਰੋ ਕੀ ਕਰਨਾ, ਜਿਹੜਾ ਖੁੱਲ੍ਹਾ ਪੱਲਾ ਕੀਤਾ, ਜਿਹੜਾ ਨੀਚੇ ਦੋ ਲੜ ਥੱਲੇ ਸਨ, ਜਿਹੜਾ ਪਹਿਲਾ ਪੱਲਾ ਹੈ ਉਹ ਆਪਾਂ ਹੋਰ ਥੱਲੇ ਖੋਲ੍ਹ ਲੈਣਾ, ਇਹਨੂੰ ਵੀ ਥੋੜ੍ਹਾ ਖੋਲ੍ਹ ਲੈਣਾ, ਇਹ ਮੈਂ ਤੁਹਾਨੂੰ ਵੱਟਾਂ ਵਾਲੀ ਪੱਗ ਬੰਨ ਕੇ ਦਿਖਾ ਰਿਹਾ। ਸੋ ਇਹਨੂੰ ਪਹਿਲਾ ਖੋਲ੍ਹਿਆ ਸੀਗਾ, ਹੁਣ ਧਿਆਨ ਨਾਲ ਦੇਖੋ ਜਿਹੜਾ ਰਾਈਟ ਹੈਂਡ ਹੈ ਮੇਰਾ, ਰਾਈਟ ਹੈਂਡ ਨੂੰ ਆਹ ਲੜ ਨੂੰ ਆਹ ਨਿੱਕੇ ਨਿੱਕੇ ਵੱਟ ਬਣਾ ਕੇ ਨੀਚੇ ਨੀਚੇ ਕਰਤੇ, ਅਗਰ ਐਵੇਂ ਵੱਟ ਨਾ ਪੈਣ ਰਾਈਟ ਹੈਂਡ ਨਾਲ ਪਹਿਲਾਂ ਖਿੱਚ ਲੈਣਾ, ਅਤੇ ਆਹ ਜਿਹੜਾ ਲੈਫਟ ਹੈਂਡ ਹੈ ਉਹ ਨੀਚੇ ਕਰਕੇ ਐਵੇਂ ਆਹ ਵੱਟ ਬਣਾ ਲੈਂਦੇ ਹਾਂ, ਐਵੇਂ ਵੱਟ ਚਲਦੀ ਪੈ ਜਾਣਗੇ। ਫਿਰ ਜਿਹੜੀ ਨਾਕੀ ਸੀ ਤਾਂ ਅੰਗੂਠਾ ਲੈਣਾ, ਆਹ ਡੋਰ ਜੀ ਇਹ ਅੰਗੂਠਾ ਉੱਪਰ ਉੱਪਰ ਕਰਦੇ ਕਰਦੇ ਥੋੜ੍ਹਾ ਉੱਪਰ ਕਰ ਦੇਣਾ, ਅੰਗੂਠਾ ਲਗਾਇਆ ਇਹਨੇ ਐਵੇਂ ਦੱਬ ਦੇਣਾ, ਆਹ ਉੱਤੋਂ ਉਂਗਲ ਨਾਲ ਇਹਨੂੰ ਪੁਸ਼ ਕਰ ਦੇਣਾ ਥੱਲੇ ਨੂੰ ਦੱਬ ਦੇਣਾ। ਫਿਰ ਕੀ ਕਰਨਾ, ਇਹਨੂੰ ਦੱਬ ਦੇਣਾ ਤਾਂ ਕਿ ਜਿਹੜਾ ਚੌੜੀ ਆਪਾਂ ਪੱਟੀ ਦੁੱਖ ਇਹਦੇ 'ਚ, ਅਗਰ ਤੁਸੀਂ ਚੁੰਝ ਕੱਢਣੀ ਹੈ ਹੋਰ ਪਿੰਚ ਕਰੋ ਦੱਬੋ ਨਾ, ਕੋਈ ਦਿੱਕਤ ਨਹੀਂ ਹੈ। ਹੁਣ ਆਪਾਂ ਉਹਦੇ ਵੱਟ ਨੂੰ ਮਾੜੇ ਮਾੜੇ ਖਿਲਾਰ ਚੜਾਂਗੇ, ਥੋੜ੍ਹਾ ਉੱਪਰ ਉੱਪਰ ਜਾਂਦੇ ਰਹਾਂਗੇ। ਜਿਹੜਾ ਆਹ ਪੱਗ ਦਾ ਜਿਹੜਾ ਥੱਲੇ ਨੀਚੇ ਬੇਸ ਬੰਨਿਆ ਹੋਇਆ, ਪਰਨਾ ਬੰਨਿਆ ਹੋਇਆ, ਇਹਦਾ ਲਿੰਕ ਤੁਹਾਨੂੰ ਨੀਚੇ ਡਿਸਕ੍ਰਿਪਸ਼ਨ ਵਿੱਚ ਮਿਲ ਜਾਏਗਾ, ਇਹਦੀ ਵੀਡੀਓ ਪਹਿਲਾਂ ਅਪਲੋਡ ਕੀਤੀ ਸੀਗੀ, ਉਹ ਨੀਚੇ ਨਿੱਕੇ ਨਿੱਕੇ ਵੱਟ ਕਰਤੇ।
ਜਿਹੜੀ ਵੀਡੀਓ ਹੈ ਇਹਨੂੰ ਐਂਡ ਤੱਕ ਜ਼ਰੂਰ ਦੇਖਿਆ, ਤੁਹਾਨੂੰ ਸਮਝ ਆ ਜਾਏਗੀ ਹਰ ਇੱਕ ਚੀਜ਼ ਦੀ। ਹੁਣ ਆਹ ਸੈਕਿੰਡ ਲੱਟ ਲੱਗ ਗਿਆ ਆਪਾਂ, ਹੁਣ ਉਸ ਤੋਂ ਬਾਅਦ ਕੀ ਕਰਨਾ, ਥਰਡ ਲੱਟ ਵੀ ਸੇਮ ਟੂ ਸੇਮ ਐਂ ਕਰ ਦੇਣਾ, ਇਹਨੂੰ ਵਾਲਾ ਕੱਢਤਾ, ਆਹ ਖੋਲ ਦੇਣਾ ਪੱਲਾ, ਜਿਹੜਾ ਬਾਹਰਲਾ ਪੱਲਾ ਹੁੰਦਾ ਉਹ ਖੋਲਣਾ ਹੁੰਦਾ, ਇਹਨੂੰ ਜ਼ਿਆਦਾ ਖੋਲ ਦਿਓ। ਜਿਹੜਾ ਨੀਚੇ ਵਾਲਾ ਪੱਲਾ ਹੁੰਦਾ ਉਹ ਕਿਸ ਕੰਮ ਆਉਂਦਾ, ਅਤੇ ਖੱਡੇ ਖੁੱਡੇ ਕਰੀਬ ਪੈ ਜਾਂਦੇ, ਉਹ ਖੱਡੇ ਭਰਨ ਦੇ ਕੰਮ ਆਉਂਦਾ, ਟੋਏ ਮੀਨਸ ਪੈ ਜਾਂਦੇ ਆ। ਅਤੇ ਹੁਣ ਆਪਾਂ ਇਹ ਲੱਟ ਨੂੰ ਉਵੇਂ, ਇਹ ਲੱਟ ਨੂੰ ਕੀ ਯਾਦ ਰੱਖਿਆ ਜੀ, ਇਹ ਮਾੜਾ ਡਾਊਨ ਰੱਖਣਾ, ਮੀਨਸ ਕਿ ਇੱਕ ਉਂਗਲ ਨੀਵਾਂ ਹੋਣਾ ਚਾਹੀਦਾ ਲੱਟ, ਇੱਥੋਂ ਥੱਲੇ ਇਹ ਡਾਊਨ ਕਰਤਾ, ਇਹ ਡਾਊਨ ਹੋ ਗਿਆ, ਇਹ ਘੁਮਾਇਆ ਘੁਮਾਇਆ ਇੱਦਾਂ ਆ ਦੱਬਤਾ। ਹੁਣ ਜਿਹੜੇ ਨੀਚੇ ਬੇਸ ਬੰਨਿਆ ਹੋਇਆ ਨਾ, ਉਹਦੇ ਨਾਲ ਕੀ ਹੁੰਦਾ, ਲੜ ਖਿਸਕਦਾ ਨਹੀਂ, ਹੁਣ ਲੜ ਇੱਕ ਜੰਮਿਆ ਪੈ ਜਗ੍ਹਾ 'ਤੇ। ਅਗਰ ਤੁਹਾਨੂੰ ਲੱਗਦਾ ਹੋਵੇ ਨਾ ਲੜ ਸਾਡਾ ਖਿਸਕਦਾ ਹੋਵੇ, ਤੁਸੀਂ ਇੱਥੇ ਲੜ ਉਹ ਨੀਚੇ ਜਿਵੇਂ ਕੱਪੜਾ ਮੈਂ ਬੰਨਿਆ ਹੋਇਆ ਇੱਦਾਂ ਕੱਪੜਾ ਰੱਖ ਸਕਦੇ ਹੋ। ਉਵੇਂ ਭਾਅ ਜੀ ਆਪਾਂ ਇਹਨੂੰ ਥੱਲੇ ਕਰਕੇ ਖਿੱਚਿਆ, ਆਹ ਵੱਟ ਬਣਾ ਕੇ ਥੱਲੇ ਕੀਤੇ, ਉੱਦਾਂ ਹੀ ਸੇਮ ਟੂ ਸੇਮ ਵੱਟ ਐਵੇਂ ਐਂ ਇਕੱਠੇ ਕਰਦੇ ਨੇ ਸਾਰੇ, ਐਂ ਦੱਬੀ। ਹੁਣ ਇੱਕ ਜਿਹੜੀ ਤੁਹਾਨੂੰ ਪੁਆਇੰਟ ਦੱਸਣ ਜਾ ਰਿਹਾ ਵਾ, ਉਹ ਸ਼ਾਇਦ ਮੇਰੇ ਹਿਸਾਬ ਨਾਲ ਤੁਹਾਨੂੰ ਕਿਸੇ ਹੋਰ ਨੇ ਨਹੀਂ ਦੱਸਿਆ ਹੋਣਾ ਕਿ ਐਵੇਂ ਕਿਵੇਂ ਕਰ ਸਕਦੇ ਹਾਂ। ਅਗਰ ਮੰਨ ਲਓ ਇਹ ਲੜ ਕਈ ਵਾਰੀ ਬਾਹਰ ਆ ਜਾਂਦੇ ਆ, ਮੀਨਸ ਕਿ ਇੱਦਾਂ ਬਾਹਰ ਆ ਗਿਆ, ਅਤੇ ਆਪਾਂ ਕੀ ਕਰੀਏ, ਇਹਨੂੰ ਇੱਥੇ ਪੱਗ ਪਿੰਨ ਲਗਾ ਸਕਦੇ। ਤੁਹਾਨੂੰ ਮੈਂ ਇਗਜ਼ਾਮਪਲ ਲਗਾ ਕੇ ਦਿਖਾ ਦੇਣਾ, ਜਿਵੇਂ ਹੁਣ ਮੰਨ ਲਓ ਆਪਾਂ ਲੜ ਬਾਹਰ ਵੀ ਆ ਜੇ, ਇੱਥੇ ਪੱਗ ਪਿੰਨ ਲਈ, ਜਿੱਦਾਂ ਕਿ ਹੁਣ ਆਹ ਮੇਨ ਆ ਸਿੰਪਲ ਪੱਗ ਪਿੰਨ, ਇੱਥੇ ਆ ਸਾਈਡ 'ਤੇ ਪੱਗ ਪਿੰਨ ਲਗਾ ਦੇਣੀ। ਤੁਸੀਂ ਦੇਖੋ ਧਿਆਨ ਨਾਲ ਕਿ ਆਹ ਸਾਈਡ 'ਤੇ ਪੱਗ ਪਿੰਨ ਲਗਾਤੀ, ਇਹਦੇ ਨਾਲ ਕੋਈ ਨੀਚੇ ਚੁੱਭਦਾ ਨਹੀਂ, ਕੋਈ ਕੁਛ ਨਹੀਂ ਹੁੰਦਾ, ਇਹ ਸਾਈਡ 'ਤੇ ਪੱਗ ਪਿੰਨ ਲਗਾਤੀ, ਇਹ ਲੜ ਬਾਹਰ ਨਹੀਂ ਆਏਗਾ। ਉਸ ਤੋਂ ਬਾਅਦ ਕੀ ਕਰਨਾ, ਅੱਗੇ ਲੜ ਲਾਵਾਂਗੇ, ਥੋੜ੍ਹਾ ਅੱਗੇ ਲਾ ਦਾਂਗੇ, ਅਤੇ ਆਹ ਜਿਹੜੀ ਪੱਗ ਪਿੰਨ ਲੱਗੀ ਸੀਗੀ ਇਹ ਲੁੱਕ ਜਾਏਗੀ ਆਪਣੀ, ਠੀਕ ਹੈ ਜੀ। ਇਹ ਤੁਹਾਨੂੰ ਇਗਜ਼ਾਮਪਲ ਦੇ ਰਿਹਾ, ਫਿਰ ਆਹ ਦੱਬ ਦੇਣਾ, ਆਹ ਨਾਲ ਨਾਲ ਸ਼ੇਪ ਬਣਾਉਂਦੇ ਜਾਣਾ ਹੈ ਪੱਗ ਦੀ, ਜਿਹੜੇ ਮੇਰੇ ਹੱਥਾਂ ਦੀ ਡਾਇਰੈਕਸ਼ਨ ਦੇਖਿਆ ਕਰੋ, ਹੱਥ ਕਿੱਦਾਂ ਜਾ ਰਿਹਾ, ਇਹ ਦੱਬਤਾ। ਅਗਰ ਮੰਨ ਲਓ ਮੈਨੂੰ ਲੱਗ ਗਿਆ ਕਿ ਹਾਂ ਵੀ ਇਹ ਥੋੜ੍ਹੀ ਫਲਾਵਟ ਕਰਨੀ, ਇੱਥੇ ਤੁਸੀਂ ਇੱਕ ਹੋਰ ਕੱਪੜਾ ਹੀ ਪਾ ਸਕਦੇ ਹੋ, ਤੁਹਾਡੀ ਇੱਛਾ ਆਪਦੀ ਜੀ। ਉੱਦਾਂ ਹੀ ਸੇਮ ਟੂ ਸੇਮ ਨੈਕਸਟ ਲੜ, ਫੋਰਥ ਲੜ ਵੀ ਇੱਦਾਂ ਲਗਾਉਣਾ, ਜਿਹੜਾ ਬਾਹਰਲਾ ਪੱਲਾ ਖੋਲਤਾ ਆਹ ਲੜ ਨੂੰ। ਹੁਣ ਕੀ ਕਰਨਾ, ਆਹ ਲੜ ਨੂੰ ਖਿੱਚ ਕੇ ਆਹ ਅੰਗੂਠੇ ਨਾਲ ਮੋੜ ਲੈਣਾ, ਉੱਤੋਂ ਗੱਲਾਂ ਐਵੇਂ ਮੋੜ ਦੇਣਾ। ਕਈ ਵੀਰ ਕਹਿੰਦੇ ਹਨ ਭਾਅ ਜੀ ਪਿੱਛੋਂ ਹੀ ਦੱਸੋ ਪਿੱਛੋਂ ਕਿਵੇਂ ਕਰਨਾ ਹੈ, ਵੀ ਜੇ ਤੁਸੀਂ ਦੇਖ ਰੱਖਦੇ ਹੋ ਕਿ ਹਾਂ ਮੰਨ ਲਓ ਜਿਹੜਾ ਗੈਪ ਇੱਕ ਉਂਗਲ ਦਾ ਗੈਪ ਪਿਆ ਹੋਇਆ, ਉਵੇਂ ਆ ਸੇਮ ਟੂ ਸੇਮ ਕਾਪੀ ਕਰਨੀ ਹੈ, ਐਂ ਗੈਪ ਪਾ ਦੇਣਾ। ਐਂ ਦੱਬਤਾ, ਆਹ ਨੀਚੇ ਨੀਚੇ ਵੱਟ ਕਰੀ ਜਾਣਾ। ਹੁਣ ਐਵੇਂ ਖਿੱਚਿਆ, ਖਿੱਚ ਕੇ ਆਹ ਵੱਟ ਉੱਦਾਂ ਸੇਮ ਟੂ ਸੇਮ ਪਾ ਤੀ। ਅਗਰ ਤੁਹਾਨੂੰ ਲੱਗੇ ਕਿ ਇੱਥੋਂ ਲੜਕੀ ਵੀਰੀ ਫੁੱਲਾ ਫੁੱਲਾ ਨਜ਼ਰ ਆਉਂਦਾ ਹੈ, ਤੁਸੀਂ ਇੱਥੇ ਪਾਣੀ ਦੀ ਵਰਤੋਂ ਵੀ ਕਰ ਸਕਦੇ ਹੋ, ਜਾਂ ਸ਼ਾਵਰ ਦੇ ਨਾਲ ਥੋੜ੍ਹਾ ਫੁਹਾਰੇ ਦੇ ਨਾਲ, ਅਤੇ ਜਾਂ ਤੁਸੀਂ ਇੱਕ ਭਾਂਡਾ ਨਾਲ ਰੱਖ ਲਓ ਔਰ ਹੱਥ ਨਾਲ ਲਾ ਕੇ ਐਵੇਂ ਚਿਪਕਾ ਸਕਦੇ ਹੋ। ਆਹ ਦੱਬਤ, ਕੋਈ ਟਫ ਦਸਤਾਰ ਨਹੀਂ ਹੈ, ਬਿਲਕੁਲ ਆਸਾਨ ਦਸਤਾਰ ਹੈ। ਅਗਰ ਟਰਾਈ ਕਰੋਗੇ ਤਾਂ ਸਿਰਫ ਓਨਲੀ ਜ਼ਿਆਦਾ ਨਹੀਂ ਤਾਂ 5-10 ਮਿੰਟ ਲੱਗਦੇ ਆ ਪੱਗ ਬੰਨਣ ਲੱਗਿਆਂ, ਸੋ ਦਸਤਾਰ ਜ਼ਰੂਰ ਸਜਾਇਆ ਕਰੋ। ਅਗਰ ਆਹ ਵਾਲ ਜਿਹੜੇ ਆਹ ਜਿਹੜੇ ਵੱਟ ਨੇ ਇਹ ਲੂਜ਼ ਹੋ ਜਾਣ, ਇਹਨੂੰ ਉੱਪਰ ਉੱਪਰ ਕਰ ਦੋਗੇ ਟਾਈਟ ਹੋ ਜਾਣਗੇ, ਉੱਪਰ ਉੱਪਰ ਕਰ ਦੋਗੇ ਟਾਈਟ ਹੋ ਜਾਣਗੇ। ਉੱਦਾਂ ਹੀ ਸਾਰੇ ਲੜ ਧਿਆਨ ਰੱਖਣਾ, ਇਹ ਨਹੀਂ ਕਿ ਆਪਾਂ ਇਹ ਲੜ ਲੱਗ ਗਿਆ ਨੀਚੇ ਲੜ ਭੁੱਲ ਜਾਂਗੇ, ਨਹੀਂ, ਸਾਰੇ ਲੜ ਆਪਾਂ ਸਾਫ਼ ਕਰਦੇ ਕਰਦੇ ਧਿਆਨ ਰੱਖਣਾ, ਸੈੱਟ ਰਹਿਣਾ ਆਪਣੇ। ਹੁਣ ਉੱਦਾਂ ਹੀ ਲੜ ਨੂੰ ਐਵੇਂ ਨਾਲ ਨਾਲ ਵੀ ਸ਼ਾਪ ਇਹਨੂੰ ਸਾਫ਼ ਕਰਾਂਗੇ ਨਾ, ਅਤੇ ਨਾਲ ਨਾਲ ਸ਼ੇਪ ਬਣਦੀ ਰਹੇਗੀ ਪੱਗ ਦੀ, ਇੱਦਾਂ ਨਾਲ ਨਾਲ ਦੱਬੀ ਵੀ ਆਵਾਂਗੀ। ਹੁਣ ਆ ਨੈਕਸਟ ਲੜ, ਪੰਜਵਾਂ ਲੜ, ਉਵੇਂ ਖਿਲਾਰ ਲੈਣਾ, ਆਹ ਥੱਲੇ ਕੀਤਾ। ਹੁਣ ਮੰਨ ਲਓ ਆਹ ਖੱਡਾ ਆ ਰਿਹਾ, ਹੁਣ ਇਹਨੂੰ ਕੀ ਕਰਾਂਗੇ, ਆਹ ਨੀਚੇ ਲੜ ਸੀਗਾ ਉਹ ਖੱਡੇ ਭਰਨ ਦੇ ਕੰਮ ਆਉਂਦਾ, ਉਹ ਮਾੜਾ ਨੀਚੇ ਕਰਾਂਗੇ, ਉਹਨੂੰ ਫੋਲ ਲਾਂਗੇ ਇੱਦਾਂ। ਜਿਹੜਾ ਉੱਪਰ ਲੜ ਮੋਟਾ ਸੀਗਾ ਉਹ ਨੀਚੇ ਕਰਤਾ ਮੈਂ, ਤਾਂ ਜੋ ਕਿ ਜਿਹੜਾ ਖੱਡਾ ਆਏਗਾ ਉਹਨੂੰ ਆਪਾਂ ਕਵਰ ਕਰ ਸਕੀਏ, ਭਰੀਏ ਭਰ ਸਕੀਏ ਆਪਾਂ। ਹੁਣ ਮੀਨਸ ਜਿਹੜਾ ਪਹਿਲਾਂ ਖੱਡਾ ਆ ਰਿਹਾ ਸੀਗਾ ਇੱਥੇ ਜ਼ਿਆਦਾ ਵੱਡਾ ਹਰਾ, ਉਹ ਹੁਣ ਥੋੜ੍ਹਾ ਗੈਪ ਹੋ ਗਿਆ, ਉਹ ਆਪਾਂ ਕੱਪੜੇ ਨਾਲ ਕਵਰ ਕਰ ਲਿਆ, ਉਵੇਂ ਵੱਟ ਆਹ ਥੱਲੇ ਕਰ ਦਿਉ। ਇੱਥੇ ਨੀਚੇ ਵੱਟ ਪਏ ਨੂੰ ਕੋਈ ਦਿੱਕਤ ਨਹੀਂ, ਉੱਪਰ ਥੋੜ੍ਹਾ ਸਾਫ਼ ਹੋਣਾ ਚਾਹੀਦਾ, ਤਕਰੀਬਨ ਇੱਕ ਪੋਟਾ ਬਿਲਕੁਲ ਸਾਫ਼ ਹੋਵੇ, ਮੀਨਸ ਕਿ ਦੋ ਪੋਟੇ ਲਗਾ ਲਓ ਤੁਸੀਂ ਇਹਨੇ ਸਾਫ਼ ਰੱਖਣੇ ਆ, ਥੱਲੇ ਵੱਟ ਪਏ ਨੂੰ ਕੋਈ ਦਿੱਕਤ ਨਹੀਂ, ਕਿਉਂਕਿ ਅੱਗੇ ਲੜ ਆ ਜਾਣਾ ਹੈ, ਅਤੇ ਆਪਾਂ ਇਹ ਜਿਹੜੇ ਆਹ ਜਿਹੜਾ ਵੱਟ ਸੀਗੇ ਆਹ ਸਾਰੇ ਲੁੱਕ ਜਾਣੇ ਆ। ਹੁਣ ਆਹ ਖੱਡਾ ਜਾ ਰਿਹਾ, ਥੋੜ੍ਹਾ ਨੀਚੋ ਆਹ ਉੱਪਰ ਚੱਕ ਦੇਣਾ, ਉੱਪਰੋਂ ਵੀ ਮਾੜਾ ਨੀਚੇ ਕਰ ਦੇਣਾ ਐਵੇਂ। ਹੁਣ ਮਾੜਾ ਜਿਹਾ ਸੁੱਕੀ ਜੀ ਪਈ ਪੱਗ, ਅਗਰ ਸੁੱਕੀ ਪਈ ਪੱਗ ਹੋਵੇ ਉਵੇਂ ਪਾਣੀ ਲਗਾ ਕੇ
ਇੱਦਾਂ ਹੀ ਇਕੱਠਾ ਸੇਮ ਟੂ ਸੇਮ ਕਰੀ ਜਾਣਾ। ਐਂ ਬੱਬੀ ਜਾਣਾ ਵੀਰੋ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ, ਕਿਉਂਕਿ ਹਾਲੇ ਤਾਂ ਸਟਾਰਟਿੰਗ ਕਰੀ ਹੈ ਵੀਡੀਓ ਪਾਉਣ ਦੀਆਂ। ਸੋ ਹਾਲੇ ਤਾਂ ਮੇਰੇ ਹਿਸਾਬ ਨਾਲ ਮੈਂ ਹਾਲੇ 5% ਦੀ ਵੀਡੀਓ ਨਹੀਂ ਪਾਈਆਂ ਹੈਗੀਆਂ ਦਸਤਾਰਾਂ ਦੀਆਂ। ਸੋ ਅੱਗੇ ਤੁਹਾਨੂੰ ਦਮਾਲਾ ਸਾਹਿਬ ਦੀ ਵੀਡੀਓ ਵੀ ਵਿਖਾਵਾਂਗੇ ਅਤੇ ਵੱਖ ਵੱਖ ਸਟਾਈਲ ਦੇ ਪਰਨੇ ਦੀ ਵੀਡੀਓ ਤੁਹਾਨੂੰ ਜਲਦੀ ਪਾਵਾਂਗੇ। ਸੋ ਜਿੱਦਾਂ ਜੇ ਟਾਈਮ ਮਿਲਦਾ ਜਾਏਗਾ ਮੈਂ ਵੀਡੀਓ ਪਾਉਂਦਾ ਰਹਾਂਗਾ। ਔਰ ਤੁਹਾਡਾ ਕੰਮ ਵੀਰੋ, ਮੈਂ ਇੰਨੀ ਮਿਹਨਤ ਕਰਨਾ ਵਾ ਐਡਿਟ ਕਰਕੇ, ਜਾਂ ਕਿਵੇਂ ਵੀ ਲਗਾ ਲਓ, ਹੁਣ ਰਾਤ ਦਾ ਟਾਈਮ ਹੋ ਗਿਆ, ਮੀਨਸ ਮੇਰੇ ਹਿਸਾਬ ਨਾਲ 11 ਵੱਜ ਗਿਆ। ਸੋ ਰਾਤੀ 12-1 ਵਜੇ ਤੱਕ ਐਡਿਟ ਕਰਕੇ ਸੋਣਾ ਹੁੰਦਾ, ਸਵੇਰੇ ਫਿਰ ਕੰਮ ਕਰਨਾ ਹੁੰਦਾ। ਇਸ ਕਰਕੇ ਤੁਸੀਂ ਜ਼ਰੂਰ ਵੀਰੋ ਮੇਰਾ ਸਾਥ ਜ਼ਰੂਰ ਦਿਆ ਕਰੋ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ। ਹੁਣ ਲਾਸਟ ਆਡ ਆ ਗਿਆ, ਖੋਲਤਾ। ਹੁਣ ਇੱਕ ਵਾਰੀ ਆਪਾਂ ਐਵੇਂ ਕਰਕੇ ਟੈਂਪਰੇਰੀ ਰੱਖ ਕੇ ਦੇਖ ਲੈਣਾ ਕਿ ਹਾਂ ਵੀ ਲੜ ਕਿੰਨਾ ਵੱਧ ਆਊਗਾ। ਹੁਣ ਪੂਰਾ ਪੂਰਾ ਠੀਕ ਕਹਿ ਰਿਹਾ। ਅਗਰ ਤੁਸੀਂ ਕੱਟ ਆ ਰਿਹਾ ਹੋਵੇ, ਇਹਨੂੰ ਆਪਾਂ ਖਿੱਚਣਾ ਕਿੱਦਾਂ ਹੁੰਦਾ, ਇੱਥੋਂ ਹੱਥ ਪਾ ਕੇ ਇਹ ਖਿੱਚ ਦੇਣਾ ਹੁੰਦਾ, ਅਤੇ ਇਹ ਜਦੋਂ ਖਿੱਚੋਗੇ ਅਤੇ ਜਿਹੜਾ ਆਹ ਲੜ ਹੈ ਥੋੜ੍ਹੀ ਇਹਨੂੰ ਲੰਬਾਈ ਹੋਰ ਵੱਧ ਜਾਏਗੀ ਥੋੜ੍ਹਾ ਹੋਰ। ਅਗਰ ਇੱਕ ਹੋਰ ਤਰੀਕਾ, ਅਗਰ ਤੁਸੀਂ ਪਾਣੀ ਲਗਾਓਗੇ ਤਾਂ ਥੋੜ੍ਹਾ ਹੋਰ ਲੜ ਮਾੜਾ ਲੰਬਾ ਹੋ ਜੂਗਾ। ਉਵੇਂ ਖੋਲ ਲੈਣਾ। ਆ ਖੋਲ ਕੇ ਆ ਥੱਲੇ ਥੱਲੇ ਕਰਤਾ। ਐਂ ਸਾਫ ਕਰੀ ਜਾਣਾ। ਹੁਣ ਮਾੜਾ ਪਾਣੀ ਜ਼ੋਰ ਲਗਾਈ ਜਾਣਾ ਤਾਂ ਜੋ ਸ਼ੇਪ ਵਧੀਆ ਆਉਂਦੀ ਰਹੂਗੀ। ਅਗਰ ਕਿਸੇ ਵੀਰਾਂ ਨੂੰ ਇਹ ਹੁੰਦਾ ਕਿ ਫਲਾਵਟ ਆਪਾਂ ਹੋਰ ਕਰਨੀ, ਫਿਰ ਭਾਵੇਂ ਤੁਸੀਂ ਚਾਹੇ ਸੁੱਕੀ ਵੀ ਬਣ ਸਕਦੇ ਹੋ। ਇਹਦੇ 'ਚ ਪਾਣੀ ਦੀ ਵਰਤੋਂ ਬਹੁਤ ਘੱਟ ਕੀਤੀ ਗਈ ਹੈ। ਇਹ ਵੀਰੋ ਤਕਰੀਬਨ 7.5 ਮੀਟਰ ਦੀ ਪੱਗ ਆ ਔਰ ਮਿਕਸ ਵੈਲ ਟਾਈਪ ਵਿੱਚ ਕੱਪੜਾ ਵੀਰੋ। ਆਪਣੇ ਕੋਲ ਵੀਰੋ ਦਸਤਾਰਾਂ ਵੀ ਆ ਚੁੱਕਿਆ ਨੇ। ਕਿਸੇ ਵੀਰ ਨੇ ਦਸਤਾਰ ਲੈਣੀ ਹੋਵੇ, 24 ਘੰਟੇ ਸੈਂਟਰ ਖੁੱਲ੍ਹਾ ਹੁੰਦਾ, ਜਿਸ ਟਾਈਮ ਮਰਜ਼ੀ ਆ ਕੇ ਦਸਤਾਰ ਲੈ ਵੀ ਸਕਦੇ ਹੋ, ਦਸਤਾਰ ਸਿੱਖ ਵੀ ਸਕਦੇ ਹੋ, ਬਾਹਰੋਂ ਵੀ ਆਉਣਾ ਚਾਹੁੰਦੇ ਹੋ ਬਾਹਰੋਂ ਵੀ ਆ ਕੇ ਸਿੱਖ ਸਕਦੇ ਹੋ। ਇੱਥੇ ਪੱਗ ਪਿੰਨ ਲਗਾ ਤੀ ਕਿਉਂਕਿ ਮੈਨੂੰ ਲੱਗ ਰਿਹਾ ਸੀ ਕਿ ਆਹ ਲੜਨਾ ਲੂਜ਼ ਹੋ ਜੂਗਾ, ਇਹਨੂੰ ਪੱਗ ਪਿੰਨ ਲਗਾ ਤੀ, ਇਹ ਦੱਬਤਾ। ਬੜੇ ਵੀਰਾਂ ਨੇ ਮੈਸੇਜ ਕੀਤਾ ਸੀ ਭਾਅ ਜੀ ਵੱਟਾਂ ਵਾਲੀ ਦਸਤਾਰ ਦੀ ਵੀਡੀਓ ਪਾਓ, ਵੱਟਾਂ ਵਾਲੀ ਦਸਤਾਰ ਦੀ ਵੀਡੀਓ ਪਾਓ। ਲਓ ਜੀ ਵੀਰੋ ਹੁਣ ਵੀਡੀਓ ਆ ਗਈ ਹੈ। ਸੋ ਹੁਣ ਚੱਕ ਦਿਓ, ਸ਼ੇਅਰ ਜਿੰਨੇ ਵੱਧ ਤੋਂ ਵੱਧ ਗਰੁੱਪਸ ਵਿੱਚ ਪਾ ਦਿਓ, ਇੱਦਾਂ ਹੀ ਵੱਟ ਕਰ ਦਿਓ। ਦੱਬਤਾ, ਇਹ ਤੁਹਾਨੂੰ ਬਿਲਕੁਲ ਸਲੋ ਵਿੱਚ ਤੁਹਾਨੂੰ ਬੰਨ ਕੇ ਦਿਖਾ ਰਿਹਾ ਪੁਆਇੰਟ ਟੂ ਪੁਆਇੰਟ, ਕਿਉਂਕਿ ਆਪਣੇ ਕੋਲ ਹੁਣ ਮਾਈਕ ਆ ਚੁੱਕਿਆ। ਪਹਿਲਾਂ ਮਾਈਕ ਦੀ ਪ੍ਰੋਬਲਮ ਆਉਂਦੀ ਸੀ, ਵੋਇਸ ਦੀ ਪ੍ਰੋਬਲਮ ਆਉਂਦੀ ਸੀ। ਸੋ ਇਸ ਕਰਕੇ ਹੁਣ ਕੀ ਕਰਨਾ, ਇਹ ਲੜ ਨੂੰ ਆਪਾਂ ਮੂੰਹ 'ਚ ਹੀ ਪਾ ਸਕਦੇ। ਅਗਰ ਮੂੰਹ 'ਚ ਨਹੀਂ ਪਾਉਣਾ, ਪਿੱਛੇ ਆਪਾਂ ਜਿਹੜਾ ਲੁੱਪੀ ਲਗਾਈ ਹੋਈ ਹੈ, ਆ ਲੁੱਪੀ ਰਹਿ ਗਈ, ਇਹਨੂੰ ਉੱਪਰ ਕਰਕੇ ਐਂ ਕਰਤਾ, ਕਿਉਂਕਿ ਮੈਂ ਤੁਹਾਨੂੰ ਡਿਟੇਲ ਨਾਲ ਦੱਸਣਾ, ਇਸ ਕਰਕੇ ਆਪਾਂ ਮੂੰਹ 'ਚ ਨਹੀਂ ਪਾਉਂਦੇ ਹੈਗੇ। ਹੁਣ ਆਪਾਂ ਬਾਜ ਦੇ ਨਾਲ ਵੀਰੋ ਅਗਰ ਇਹ ਲੜ ਮਾੜੇ ਮਾੜੇ ਟਾਈਟ ਕਰਨੇ ਆ, ਆ ਟਾਈਟ ਕਰ ਸਕਦੇ ਹਾਂ ਬਾਜ ਦੇ ਨਾਲ ਆਪਾਂ। ਇਹ ਵੱਟ ਆਪਾਂ ਹੋਰ ਗੂੜੇ ਵੀ ਕਰਨੇ ਹੋਣ, ਇਹਨਾਂ ਵੱਟਾਂ ਨੂੰ ਜਿੰਨਾ ਪਿੰਚ ਕਰੀ ਆਵਾਂਗੇ ਐਵੇਂ ਕਰਕੇ, ਇਹ ਵੱਟ ਹੋਰ ਉੱਪਰ ਉੱਪਰ ਜਾਂਦੇ ਰਹਿਣਗੇ ਔਰ ਵੱਟ ਥੋੜ੍ਹੇ ਗੂੜੇ ਗੂੜੇ ਹੁੰਦੇ ਰਹਿਣਗੇ ਐਵੇਂ। ਜਿੱਥੇ ਲੱਗਦਾ ਕਿ ਹਾਂ ਵੀ ਸਪੇਸ ਘੱਟ ਆ ਜਾਂ ਖੁੱਲ੍ਹਾ ਖੁੱਲ੍ਹਾ ਲਾ ਜਿਹਾ ਜਾ ਰਿਹਾ, ਵੱਟ ਨਜ਼ਰ ਨਹੀਂ ਆ ਰਹੇ, ਆਪਾਂ ਭਰਵੇਂ ਭਰਵੇਂ ਵੱਟ ਪਾ ਦੇਣੇ ਆ। ਹੁਣ ਆਪਾਂ ਕੀ ਕਰਨਾ, ਆਹ ਸ਼ੇਪ ਬਣਾਉਣੀ ਹੈ। ਇਹ ਸ਼ੇਪ ਬਣਾਉਣ ਵਾਸਤੇ ਕਿੱਦਾਂ ਹੁੰਦਾ, ਪਹਿਲਾਂ ਤਾਂ ਨੀਚੇ ਕੀਤਾ, ਅੱਗੋਂ ਦੀ ਨੀਚਾ ਕੀਤਾ, ਆਹ ਚੁੱਕ ਦੇਣਾ, ਅੱਗੋਂ ਨੀਚਾ ਕਰਨਾ, ਫਿਰ ਆਹ ਅੰਗੂਠੇ ਦੀ ਹੈਲਪ ਨਾਲ ਐਂ ਕੀਤਾ ਅਤੇ ਇਹਨੂੰ ਦੱਬ ਦੇਣਾ, ਥੋੜ੍ਹੀ ਸ਼ੇਪ ਇੱਧਰ ਚੱਕਣੀ ਹੋ ਜਾਏਗੀ। ਹੁਣ ਇਹ ਆਹ ਲੜ ਸਾਫ਼ ਕਰਨੇ ਆ। ਬੜੇ ਵੀਰਾਂ ਨੇ ਮੈਸੇਜ ਕੀਤਾ ਸੀ ਭਾਅ ਜੀ ਇਹ ਲੜ ਸਾਫ਼ ਨਹੀਂ ਕਰਨੇ ਆਉਂਦੇ, ਤੁਸੀਂ ਪੁਆਇੰਟ ਟੂ ਪੁਆਇੰਟ ਦੱਸੋ। ਹੁਣ ਬਾਜ ਨਾਲ ਕੀ ਕਰਨਾ, ਆਹ ਬਾਜ ਕਿੱਦਾਂ ਲਗਾਉਣਾ, ਅੱਗੋਂ ਅੱਗੇ ਬਾਜ ਯੂਜ਼ ਕਰਨਾ, ਪਿੱਛੋਂ ਪਿੱਛੇ, ਅੱਗੋਂ ਅੱਗੇ ਪਿੱਛੋਂ ਪਿੱਛੇ, ਅੱਗੋਂ ਅੱਗੇ ਸਾਰੇ ਪੁਆਇੰਟ ਟੂ ਪੁਆਇੰਟ। ਹੁਣ ਮੇਨ ਰੋਡ 'ਤੇ ਆਪਣਾ ਸੈਂਟਰ, ਇਸ ਕਰਕੇ ਥੋੜ੍ਹੀ ਬਾਹਰੋਂ ਆਵਾਜ਼ ਆਉਂਦੀ ਹੋਣੀ ਹੈ। ਸੋ ਕੋਈ ਦਿੱਕਤ ਨਹੀਂ ਵੀਰੋ, ਇੱਦਾਂ ਹੀ ਸਾਫ਼ ਕਰ ਦੇਣੇ। ਜਿੰਨਾ ਭਾਅ ਜੀ ਟਾਈਮ ਦਿਓਗੇ ਓਨਾ ਹੀ ਹੱਥ ਸਾਫ਼ ਹੋਏਗਾ। ਸਟਾਰਟਿੰਗ ਹੁਣ ਟਾਈਮ ਦਿਓ
ਤਾਂ ਕਿ ਤੁਹਾਨੂੰ ਪੁਆਇੰਟ ਟੂ ਪੁਆਇੰਟ ਪਤਾ ਲੱਗ ਜਾਏ ਕੀ ਕਰਨਾ ਕੀ ਨਹੀਂ ਕਰਨਾ। ਫਿਰ ਤੁਹਾਨੂੰ ਜਦੋਂ ਹੱਥ ਤਾਂ ਟਿਕ ਜਾਏਗਾ ਅਤੇ ਫਿਰ ਆਪਣੇ ਆਪ ਹੀ ਤੁਹਾਡੀ ਸਪੀਡ ਆਟੋਮੈਟਿਕਲੀ ਵੱਧ ਜਾਏਗੀ। ਦੇਖੋ ਲੋ ਵੀ ਆਪਣਾ ਉੱਪਰ ਜਿਹੜਾ ਸਾਫ਼ ਹੋ ਗਿਆ। ਹੁਣ ਜੀ ਪੱਗ ਨੂੰ ਮਾੜਾ ਦੇਖੋ ਕਿ ਹਾਂ ਵੀ ਜਿਹੜੀ ਆਹ ਗੁੱਟ ਸੀਗੀ ਇਹ ਇੱਧਰ ਹੋਣੀ ਚਾਹੀਦੀ ਹੈ, ਥੋੜ੍ਹੀ ਇੱਧਰ ਹੈ, ਥੋੜ੍ਹੀ ਘੁਮਾ ਲਓ ਐਵੇਂ। ਹੁਣ ਤੁਸੀਂ ਦੇਖੋ ਕਿ ਆਹ ਲੜ ਖਿਸਕਿਆ ਨਹੀਂ, ਬੜੀ ਵੱਡੀ ਪ੍ਰੋਬਲਮ ਆਉਂਦੀ ਸਾਰੇ ਵੀਰਾਂ ਨੂੰ ਕਿ ਹਾਂ ਵੀ ਲੜ ਬੜਾ ਖਿਸਕ ਜਾਂਦਾ। ਇਸ ਕਰਕੇ ਅਗਰ ਤੁਸੀਂ ਆਹ ਜਿਹੜੀ 50 ਹੈ ਥੋੜ੍ਹੀ ਹੋਰ ਉੱਚੀ ਕਰਨੀ ਹੈ ਆਪਣੀ ਹਾਈਟ ਦੇ ਅਕੋਰਡਿੰਗ, ਆਪਣੇ ਫੇਸ ਦੇ ਅਕੋਰਡਿੰਗ, ਤੁਸੀਂ ਹੋਰ ਉੱਚੀ ਕਰ ਸਕਦੇ ਹੋ। ਆਹ ਲੜ ਨੂੰ ਥੋੜ੍ਹਾ ਨੀਚੇ ਨੀਚੇ ਕਰ ਸਕਦੇ ਹੋ, ਥੋੜ੍ਹੇ ਭਰ ਲੈਣੇ ਆ ਤਾਂ ਕਿ ਇੱਥੇ ਵੀ ਖੱਡਾ ਨਾ ਰਹਿ ਜੇ, ਕੋਈ ਸਾਫ਼ ਹੋ ਜੇ। ਲਓ ਜੀ ਹੁਣ ਆਪਾਂ ਲਾਸਟ ਸਟਾਰਟ ਲਾਉਣ ਲੱਗੇ ਹਾਂ। ਇਹਦੇ ਨਾਲ ਤੁਹਾਨੂੰ ਦੋ ਤਰੀਕੇ ਨਾਲ ਤੁਹਾਨੂੰ ਇਹ ਕਲਗੀ ਲੜ ਲਾ ਕੇ ਦਿਖਾਊਂਗਾ। ਇਸ ਤੋਂ ਬਾਅਦ ਇੱਕ ਵੀਡੀਓ ਆਏਗੀ, ਉਹਦੇ ਤਕਰੀਬਨ ਤੁਹਾਨੂੰ 4-5 ਤਰੀਕਿਆਂ ਨਾਲ, ਵੱਖ ਵੱਖ ਤਰੀਕਿਆਂ ਨਾਲ ਤੁਹਾਨੂੰ ਆਹ ਕਲਗੀ ਲੜ ਲਾ ਕੇ ਦਿਖਾਇਆ ਜਾਏਗਾ। ਹੁਣ ਆਪਾਂ ਲੜ ਜਿਹੜਾ ਲਾਇਆ ਸੀਗਾ ਇਹ ਤੁਸੀਂ ਉਤਾਰ ਦਿਓ। ਔਰ ਇਸ ਲੜ ਨੂੰ ਆਪਾਂ ਪਹਿਲਾਂ ਮੂੰਹ 'ਚ ਪਾ ਲੈਣਾ। ਕਈ ਵਾਰ ਇਹ ਦਿੱਕਤ ਆਉਂਦੀ ਸੀ, ਆਹ ਲੜ ਨਾ ਘੁੰਮ ਜਾਂਦਾ, ਖਿਸਕ ਜਾਂਦੀ ਪੱਗ, ਇਸ ਕਰਕੇ ਤੁਹਾਨੂੰ ਮੂੰਹ 'ਚ ਪਾ ਲੈਣਾ। ਹੁਣ ਇਹ ਲੜ ਨੂੰ ਪੱਗ ਪਾਣੀ ਲਾ ਲੈਣਾ। ਪਹਿਲਾ ਲੜ ਤੁਹਾਨੂੰ ਦੱਸਣ ਲੱਗਾ, ਇਹਨੂੰ ਖੋਲ ਦੇਣਾ ਭਾਅ ਜੀ। ਐਂ ਖੋਲਿਆ, ਹੁਣ ਇੱਕ ਵਾਰੀ ਆਹ ਘੁਮਾਇਆ ਥੱਲੇ ਪਾਸੋਂ ਦੀ ਅਤੇ ਇੱਕ ਵਾਰੀ ਉੱਪਰ ਦੀ ਘੁਮਾਏ, ਦੋ ਘੁਮਾ ਕੇ। ਇਹਦੇ 'ਚ ਇਹ ਹੁੰਦਾ ਹੈ ਕਿ ਸਭ ਤੋਂ ਪਹਿਲਾਂ ਤੁਸੀਂ ਚਾਹੇ ਪਹਿਲਾਂ ਪੱਗ ਪਿੰਨ ਲਗਾ ਸਕਦੇ ਹੋ, ਜਿਵੇਂ ਮੰਨ ਲਓ ਸੈਂਟਰ ਤੋਂ ਇਹ ਪੱਗ ਪਿੰਨ ਕਿੱਥੇ ਲਗਾਉਣੀ ਹੈ, ਨੱਕ ਦੀ ਸੀਟ 'ਤੇ ਲੈ ਕੇ ਇਹ ਸੈਂਟਰ 'ਤੇ ਬਿਲਕੁਲ ਇਹ ਕਿਨਾਰੇ 'ਤੇ ਪੱਗ ਪਿੰਨ ਲਾ ਤੀ, ਜਿੱਥੇ ਪਹਿਲਾਂ ਪੱਗ ਪਿੰਨ ਲੱਗੀ ਹੋਈ ਉਹ ਲੁਕ ਜਾਏਗੀ, ਇੱਥੇ ਪੱਗ ਪਿੰਨ ਲਗਾ ਤੇ ਤੁਸੀਂ ਦੇਖ ਸਕਦੇ ਹੋ ਨੱਕ ਦੀ ਸੀਟ 'ਤੇ ਬਿਲਕੁਲ ਪੱਗ ਪਿੰਨ ਲਗਾ ਤੀ। ਚਾਹ ਖੋਲ੍ਹ ਕੇ ਉੱਦਾਂ ਹੀ ਸਾਫ਼ ਕਰਤਾ, ਇਹ ਚਾਹੇ ਤੁਸੀਂ ਪੂਰਾ ਸਾਫ਼ ਕਰ ਲਓ। ਅਤੇ ਚਾਹੇ ਤੁਸੀਂ ਇੱਥੇ ਵੱਟ ਪਾ ਸਕਦੇ ਹੋ, ਉਹ ਆਪ ਜੀ ਦੀ ਇੱਛਾ। ਜਿੱਦਾਂ ਕਿ ਹੁਣ ਮੈਂ ਸਾਫ਼ ਕਰਿਆ, ਇਹਦੇ ਤੁਹਾਨੂੰ ਮੈਂ ਦੱਸਾਂ ਇੱਕ ਹੋਰ ਗੱਲ, ਜਿਵੇਂ ਪੱਗ ਪਿੰਨ ਪਹਿਲਾਂ ਲਗਾਈ ਤੁਸੀਂ ਬਾਅਦ 'ਚ ਵੀ ਲਗਾ ਸਕਦੇ ਹੋ। ਬਸ ਆਹ ਲੜ ਥੋੜ੍ਹਾ ਮੋਟਾ ਕਰ ਲੈਣਾ, ਮਾੜਾ ਫੋਲਡ ਕਰਤਾ ਅਤੇ ਹੋਰ ਤੱਕ ਸਾਫ਼ ਕਰ ਕਰਕੇ ਇੱਕ ਵਾਰੀ ਪਾਣੀ ਲਾ ਲੈਣਾ। ਔਰ ਇਹ ਲੜ ਨੂੰ ਆਪਾਂ ਬਾਗ ਦੀ ਹੈਲਪ ਨਾਲ ਐਂ ਪ੍ਰੈਸ 'ਚ ਕਰ ਲੈਣਾ। ਕੋਈ ਔਖੀ ਪੱਗ ਨਹੀਂ ਹੈ, ਤੁਹਾਨੂੰ ਆਰਾਮ ਨਾਲ ਦੱਸ ਕੇ ਵਿਖਾ ਰਿਹਾ, ਟਰਾਈ ਕਰੋਗੇ ਬੜੀ ਈਜ਼ੀ ਪੱਗ ਬਣੀ ਚਾਹੀਦੀ। ਹੁਣ ਕਈ ਵੀਰ ਕਹਿੰਦੇ ਸੀ ਭਾਅ ਜੀ ਤੁਸੀਂ ਸਿੱਧਾ ਲੜ ਲਾਓ, ਸਿੱਧਾ ਲੜ ਕਿੱਦਾਂ ਲਾਉਂਦਾ ਹੈ, ਇਹ ਪੱਗ ਪਿੰਨ ਲਗਾਈ ਹੋਈ ਹੈ, ਪੱਗ ਪਿੰਨ ਦੇ ਹਿਸਾਬ ਨਾਲ ਸਿੱਧਾ ਤੁਸੀਂ ਲੜ ਲਾ ਸਕਦੇ ਹੋ। ਇੱਥੇ ਹੱਥ ਪਾ ਕੇ ਕਿੱਦਾਂ ਲਗਾ ਸਕਦੇ ਹੋ, ਠੀਕ ਹੈ ਜੀ। ਹੁਣ ਤੁਸੀਂ ਕੀ ਕਰਨਾ, ਅਗਰ ਸੈਕਿੰਡ ਤਰੀਕਾ ਕੀ ਹੈ, ਇਹਦੀ ਤੁਸੀਂ ਘੁਮਾਉਣਾ ਹੈ, ਇਹਦੇ ਤੁਸੀਂ ਦੇਖੋ ਆਹ ਸਿੱਧਾ ਲੱਗਾ ਸੀਗਾ। ਕਈ ਵਾਰ ਉਹਨੂੰ ਬੜੇ ਇੰਪ੍ਰੈਸ ਹੁੰਦੇ ਆ ਕਿ ਇਸ ਇੱਦਾਂ ਲੜ ਲਾਉਣ ਲੱਗਿਆ। ਕਈ ਵਾਰ ਕਹਿੰਦੇ ਨੇ ਭਾਅ ਜੀ ਘੁਮਾ ਕੇ ਲਾਓ, ਹੁਣ ਘੁਮਾਉਣਾ ਕਿੱਦਾਂ ਹੈ, ਜਿਹੜਾ ਲੈਫਟ ਹੈਂਡ ਹੈ ਨਾ, ਲੈਫਟ ਹੈਂਡ ਨੂੰ ਅੰਦਰੋਂ ਦੀ ਕੁੰਡੀ ਘੁਮਾਉਣੀ ਹੈ, ਐਵੇਂ ਕੱਢ ਦੇਣਾ, ਐਵੇਂ ਕੁੰਡੀ ਘੁਮਾਉਣੀ ਹੈ। ਇੱਕ ਤੁਹਾਨੂੰ ਮੈਂ ਤਰੀਕਾ ਦੱਸਣ ਜਾ ਰਿਹਾ, ਮੇਰੇ ਹਿਸਾਬ ਨਾਲ ਤੁਹਾਨੂੰ ਕਿਸੇ ਦੱਸਿਆ ਨਾ ਹੋਵੇ ਤਰੀਕਾ, ਉਹ ਵੀ ਵੇਖੋ ਆ ਵੀ ਬਣ ਗਿਆ। ਇਹ ਤਰੀਕਾ ਕੀ ਹੁੰਦਾ ਵੀਰੋ, ਇਹ ਜਿਹੜਾ ਲੜ ਹੈ ਇਹਨੂੰ ਨਾ ਉਲਟਾ ਘੁਮਾਉਂਦੇ ਜਾਓ, ਅੰਦਰ ਨੂੰ ਘੁਮਾਉਂਦੇ ਜਾਓ, ਐਵੇਂ ਕਰਕੇ ਐਂ ਘੁਮਾਉਂਦੇ ਜਾਣਾ ਐਵੇਂ। ਹੁਣ ਇੱਕ ਵਲ ਆ ਗਿਆ, ਇੱਥੇ ਇੱਕ ਵਲ ਆ ਜੇ, ਇੱਥੇ ਹੱਥ ਉਂਗਲ ਰੱਖ ਕੇ ਆਹ ਸਾਰਾ ਖੋਲ ਦੇਣਾ ਅਤੇ ਆਹ ਆਪਣਾ ਵੀ ਬਣ ਚੁੱਕਿਆ ਵੀਰੋ। ਜਿਹਦਾ ਤੁਹਾਨੂੰ ਲੱਗੇ ਉਵੇਂ ਕਰ ਸਕਦੇ ਹੋ। ਹੁਣ ਆਪਾਂ ਤੁਸੀਂ ਪੱਗ ਪਿੰਨ ਦੀ ਵਰਤੋਂ ਬਾਅਦ 'ਚ ਵੀ ਕਰ ਸਕਦੇ ਹੋ, ਮੀਨਸ ਕਿ ਹਾਂ ਵੀ ਤੁਹਾਨੂੰ ਇੱਕ ਹੋਰ ਦੱਸ ਰਿਹਾ, ਤੁਹਾਨੂੰ 3 ਤਰੀਕੇ ਦੱਸੇ ਜਾ ਰਹੇ ਨੇ। ਜੇ ਮੰਨ ਲਓ ਹੁਣ ਪੱਗ ਪਿੰਨ ਨਹੀਂ ਲੱਗੀ ਹੋਈ, ਇੱਥੇ ਹੱਥ ਰੱਖ ਕੇ ਅਤੇ ਆਹ ਪੱਗ ਪਿੰਨ ਤੋਂ ਬਗੈਰ ਆਹ ਲੜ ਨੂੰ ਪਹਿਲਾਂ ਘੁਮਾਤਾ, ਦੇਖੋ ਧਿਆਨ ਨਾਲ ਵੀ ਕਿਵੇਂ ਘੁਮਾਇਆ ਹੋਇਆ। ਬੜੇ ਵੀਰਾਂ ਦੀ ਕੋਲਾਂ ਆਉਂਦੀਆਂ ਨੇ, ਬਾਹਰੋਂ ਵੀ ਕੋਲਾਂ ਆਉਂਦੀਆਂ ਨੇ, ਬਹੁਤ ਖੁਸ਼ੀ ਦੀ ਗੱਲ ਹੈ ਵੀਰੋ ਕਿ ਤੁਸੀਂ ਵੀਡੀਓ ਨੂੰ ਦੇਖਦੇ ਹੋ ਔਰ ਅੱਗੇ ਸ਼ੇਅਰ ਵੀ ਕਰਦੇ ਹੋ। ਸੋ ਇੱਦਾਂ ਹੀ ਸਪੋਰਟ ਕਰਦੇ ਰਹੋ, ਹਾਲ ਤਾਂ ਸਟਾਰਟਿੰਗ ਹੈ। ਇੱਦਾਂ ਹੀ ਆਹ ਚੀਜ਼ ਲੜ ਨੂੰ ਸਾਫ਼, ਪਿੱਛੇ ਉੱਪਰ ਆਪਾਂ ਪੱਗ ਪਿੰਨ ਲਗਾ ਸਕਦੇ ਹਾਂ, ਦੋ ਲਗਾ ਲਓ,
ਤਾਂ ਜੋ ਮੰਨ ਲਓ ਆਹ ਲੜ ਪਿਛਲੇ ਪਾਸੇ ਲਗਾਉਣੀ ਹੈ, ਕੀ ਲਗਾਉਂਦੇ ਅੱਗੇ ਲਗਾਉਣੀ, ਅੱਗੇ ਨਹੀਂ ਲਗਾਉਂਦੇ ਪਿੱਛੇ ਲਗਾਉਣੀ ਹੈ, ਤਾਂ ਕਿ ਕਿਸੇ ਨੂੰ ਦਿਖਣ ਨਾ। ਲਓ ਜੀ ਵੀਰੋ ਆਪਣੇ ਆਹ ਸ਼ੇਪ ਤਿਆਰ ਹੋ ਗਈ। ਹੁਣ ਆਪਾਂ ਸਿਰ ਕਵਰ ਕਰਨਾ ਆ, ਸਿਰ ਕਵਰ ਕਰਨਾ ਹੈ ਕਿੱਦਾਂ ਕਰਨਾ ਹੈ, ਇੱਕ ਚੀਜ਼ ਯਾਦ ਰੱਖਿਆ ਕਰੋ, ਸਿਰ ਕਵਰ ਕਰਨ ਲੱਗਿਆ ਥੋੜ੍ਹਾ ਬਾਜ ਵੱਡਾ ਲੈ ਲਓ, ਜਿਵੇਂ ਹੁਣ ਕਿ ਆਹ ਬਾਜ ਯੂਜ਼ ਕੀਤਾ ਹੈ, ਤਾਂ ਕਿ ਤੁਸੀਂ ਅੱਗੇ ਪਿੱਛੇ ਤੁਸੀਂ ਛੋਟਾ ਬਾਜ ਯੂਜ਼ ਕਰ ਸਕਦੇ ਹੋ। ਹੁਣ ਆ ਦੇਖੋ ਆ ਜਿਹੜਾ ਪਹਿਲਾ ਲੜ ਸੀਗਾ ਉਹਨੂੰ ਆਪਾਂ ਉੱਪਰ ਕਰਤਾ, ਹੁਣ ਇਹਨੂੰ ਖੋਲ੍ਹਣਾ। ਇਹਦੇ ਖੋਲ੍ਹਣ ਦੇ ਵੀ ਦੋ ਤਰੀਕੇ ਆ। ਇਹ ਪਹਿਲਾਂ ਤਾਂ ਹੁੰਦਾ ਵੀਰੋ ਕਿ ਇਹ ਸਿੰਗਲ ਲੜ ਹੁੰਦਾ, ਇਹਦੇ 'ਚ ਨਾ ਸਾਨੂੰ ਬਲੈਕ ਬਲੈਕ ਨਜ਼ਰ ਆ ਰਿਹਾ, ਇਹਨੂੰ ਆਪਾਂ ਡਾਰਕ ਕਰਨਾ, ਇਸ ਕਰਕੇ ਜਿਹੜੇ ਪਾਸੇ ਕੱਪੜਾ ਜ਼ਿਆਦਾ ਹੋਵੇ, ਮੀਨਸ ਕਿ ਇਸ ਪਾਸੇ ਕੱਪੜਾ ਜ਼ਿਆਦਾ ਹੈ, ਸੋ ਆਪਾਂ ਉਹਦੇ ਵਿੱਚੋਂ ਆ ਡਬਲ ਪਰਦਾ ਚੱਕ ਲਵਾਂਗੇ, ਤਾਂ ਜੋ ਕਿ ਜਿਹੜਾ ਬਲੈਕ ਬਲੈਕ ਨਜ਼ਰ ਆ ਰਿਹਾ ਸੀਗਾ ਉਹ ਆਪਾਂ ਨੂੰ ਥੋੜ੍ਹਾ ਲਾਈਟ ਹੋ ਜਾਵੇ। ਤੋੜ ਤੱਕ ਪਹਿਲਾਂ ਆਪਣਾ ਹੱਥ ਨਾਲ ਪਾ ਲਓ, ਆ ਜਿੰਨਾ ਕੁ ਸਿਰ ਕਵਰ ਹੋ ਜਾਵੇ ਹੱਥ ਨਾਲ ਉਨਾ ਕਰ ਲਓ। ਪਹਿਲਾਂ ਇੱਕ ਸਾਈਡ ਤੋਂ ਟਰਾਈ ਕਰਿਆ ਕਰੋ, ਜਿਵੇਂ ਹੁਣ ਮੈਂ ਇਸ ਪਾਸੋਂ ਟਰਾਈ ਕਰ ਰਿਹਾ, ਉਸ ਤੋਂ ਬਾਅਦ ਮੈਂ ਬਾਜ ਦੀ ਵਰਤੋਂ ਨਾਲ ਇਸ ਪਾਸੇ ਨੂੰ ਪੂਰਾ ਤੋੜ ਤੱਕ ਕੋਈ ਜਗ੍ਹਾ ਰਹਿ ਨਾ ਜਾਵੇ ਫਿਰ ਖਿੱਚ ਲੈਣਾ। ਖਿੱਚਣ ਵਾਲ ਆ ਸਾਫ਼ ਕਰਤਾ ਹੋਰ ਦੁਬਾਰਾ, ਫਿਰ ਇਹਨੂੰ ਹੀ ਲੱਗੇ ਰਹਿਣਾ ਜਦੋਂ ਤੱਕ ਆਹ ਪੂਰਾ ਕਵਰ ਨਾ ਹੋ ਜਾਵੇ, ਕਾਲਾ ਕਾਲਾ ਨਜ਼ਰ ਆਉਣਾ ਬੰਦ ਨਾ ਹੋਵੇ। ਫਿਰ ਆ ਬਾਅਦ ਵਿੱਚੋਂ ਆ ਦੇਖੋ ਹੱਥ ਨਾਲ ਮੇਰਾ ਜਿਹੜਾ ਦੂਜਾ ਹੱਥ ਆ ਇਹ ਹੱਥ ਨਾਲ ਮੈਂ ਆਹ ਲੜ ਨੂੰ ਫੜ ਕੇ ਰਾਈਟ ਹੈਂਡ ਨਾਲ ਮੈਂ ਆਹ ਲੜ ਵੇਚ ਪਾ ਰਿਹਾ। ਸਾਰੇ ਵੱਟ ਸਾਫ਼ ਕਰ ਲੈਂਦੇ ਹਾਂ, ਜਿੰਨਾ ਟਾਈਮ ਦੇਵਾਂਗੇ ਜਿੰਨੀ ਆਰਾਮ ਨਾਲ ਪੱਗ ਬੰਨਾਂਗੇ ਸਟਾਰਟਿੰਗ ਤੋਂ ਉਨੀ ਵਧੀਆ ਪੱਗ ਬੰਨ ਹੋਊਗੀ। ਕੀ ਕਰਨਾ ਆ ਖਿੱਚ ਕੇ ਹੁਣ ਆ ਪਿੱਛੇ ਜਿਹੜੀ ਲੁੱਪੀ ਲਗਾਉਣੀ ਹੈ ਚੌੜਾ ਕੀਤੇ, ਪਹਿਲਾਂ ਖੋਲ੍ਹ ਲੈਣਾ, ਆ ਘੁਮਾਤਾ ਇੱਕ ਵਾਰੀ ਇੱਧਰੋਂ ਇੱਕ ਵਾਰੀ ਆ ਘੁਮਾਤਾ, ਅਗਰ ਲੱਗੇ ਕਿ ਆ ਲੂਜ਼ ਹੋ ਰਿਹਾ ਇਹਨੂੰ ਖਿੱਚ ਕੇ ਇੱਥੇ ਪੱਗ ਪਿੰਨ ਲਗਾ ਸਕਦੇ, ਉੱਪਰ ਆਪਾਂ ਲੁੱਪੀ ਲਗਾ ਲਵਾਂਗੇ, ਇਸ ਪਾਸੋਂ ਵੀ ਲੂਜ਼ ਹੋ ਜਾਵੇ ਖਿੱਚ ਕੇ ਆਪਾਂ ਪੱਗ ਪਿੰਨ ਲਗਾ ਸਕਦੇ ਹਾਂ, ਕੋਈ ਦਿੱਕਤ ਨਹੀਂ ਹੈ। ਤੋੜ ਤੱਕ ਆਪਾਂ ਆ ਤਕਰੀਬਨ ਇਹ ਚੌੜੀ ਰੱਖਣੀ ਹੈ, ਦੋ ਜਾਂ ਤਿੰਨ ਉਂਗਲਾਂ ਚੌੜੀ ਹੋਣੀ ਚਾਹੀਦੀ, ਜ਼ਿਆਦਾ ਵੀ ਨਹੀਂ ਕਰਨੀ ਹੈਗੀ, ਜ਼ਿਆਦਾ ਘੱਟ ਵੀ ਨਹੀਂ ਕਰਨੀ ਹੈਗੀ। ਲਓ ਜੀ ਵੀਰੋ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਣਾ ਹੈ ਕਿ ਦਸਤਾਰ ਕਿੱਦਾਂ ਦੀ ਲੱਗੀ। ਸੋ ਮੈਂ ਉਮੀਦ ਕਰਾਂਗਾ ਤੁਹਾਨੂੰ ਵੀਡੀਓ ਬਹੁਤ ਪਸੰਦ ਆਊਗੀ ਔਰ ਤੁਸੀਂ ਇਸ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰਨਾ ਆ। ਸੋ ਔਰ ਪੱਗਾਂ ਆਪਣੇ ਕੋਲ ਆ ਚੁੱਕੀਆਂ ਨੇ, ਤੁਸੀਂ ਕੋਰੀਅਰ ਰਾਹੀਂ ਵੀ ਮੰਗਵਾ ਸਕਦੇ ਹੋ ਪੇਟੀਐਮ ਕਰਕੇ, ਅਤੇ ਨੀਚੇ ਨੰਬਰ ਮੋਬਾਈਲ ਨੰਬਰ ਦਿੱਤਾ ਜਾਏਗਾ। ਸੋ ਇੰਨੇ ਕੋ ਬੇਨਤੀਆਂ ਪ੍ਰਵਾਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।